Смайла, ой, смайла. Ай-хай. So welcome back guys, ਕੀ ਹਾਲ ਚਾਲ ਸਾਹਿਬ ਦਾ ਫੁੱਲ ਸਾਰੇ ਵਧੀਆ ਹੋਵੋਗੇ। ਹੁਣ ਹਮ ਮਾਨ ਸਾਹਿਬ ਨੇ ਚਾਲ ਅਰੇਬੀਆ ਰੈਡ ਰੇਸ ਦੇ ਅਫੀਸ਼ੀਅਲ ਵੀਡੀਓ ਰਿਲੀਜ਼ ਕਰਤੀ ਆ ਬਿਨਾਂ ਕਿਸੇ ਨੂੰ ਦੱਸੇ, ਤੇ ਆਜੋ ਸੁਣਦੇ ਹਾਂ ਤੇ ਦੇਖਦੇ ਹਾਂ ਤੇ ਨਾਲ ਨਾਲ ਰਿਐਕਟ ਕਰਦੇ ਹਾਂ। ਕਿਸਾਨ ਮਜ਼ਦੂਰ ਏਕਤਾ ਜਨਤਾਵਾਦ। ਇਸ ਬੰਦੇ ਦਾ ਮਿਊਜ਼ਿਕ ਨਾ ਸਭ ਤੋਂ ਅਲੱਗ ਹੁੰਦਾ, ਸੁਣਦੇ ਸਾਰ ਪਤਾ ਲੱਗ ਜਾਂਦਾ ਕਿ ਮਾਨ ਸਾਹਿਬ ਦਾ ਗਾਣਾ। ਹਿੱਸਾ ਨਹੀਂ ਕਿਸੇ ਰੈਡ ਰੇਸ ਦਾ, ਚਾਲ ਅਰੇਬੀਆ ਹੈ ਜੱਟ ਦੀ, ਚਾਲਦਾ ਨੀ ਦੀਵਾ ਚੰਨ ਚਾੜਦਾ, ਚੰਨ ਚਾੜਦਾ ਬੱਦਲੀ ਵੀ ਨੱਚ ਨੱਚ ਛੱਡਦੀ। ਹਿੱਸਾ ਨਹੀਂ ਕਿਸੇ ਰੈਡ ਰੇਸ ਦਾ, ਚਾਲੀ ਅਰੇਬੀਆ ਹੈ ਜੱਟ ਦੀ। ਗਾਣਾ ਛੋਟਾ ਕੀਤਾ ਗਿਆ ਹਨਾ, ਮਤਲਬ ਕਈ ਲਾਈਨ ਜਿਹੜੇ ਰਿਪੀਟ ਹੋ ਰਹੀਆਂ ਸੀਗੀਆਂ ਉਹ ਕੱਟ ਦਿੱਤੀਆਂ ਗਈਆਂ ਨੇ ਵੀਡੀਓ ਕਰਕੇ। ਆਈ ਥਿੰਕ ਮਾਨ ਸਾਹਿਬ ਦਾ ਆਪਣਾ ਫਾਰਮ ਹਾਊਸ ਹੈ, ਮੈਨੂੰ ਦੱਸਿਓ ਜੇ ਕਿਸੇ ਨੂੰ ਪਤਾ ਹੈ। ਚੜ ਕੇ ਪਹਾੜੀ ਉੱਤੇ ਨੱਚਦਾ, ਅੰਬਰਾਂ ਨੂੰ ਹੱਥ ਲਾਉਣਾ ਲੋਚਦਾ, ਰੋਟੀ ਜੋਗੀ ਪਿੰਡ ਹੈ ਜ਼ਮੀਨ ਬਈ, ਬਹੁਤਾ ਪੰਜਾਬ ਬਾਰੇ ਸੋਚਦਾ, ਮੰਗੀਏ ਭਲਾਈ ਮਜ਼ਦੂਰ ਦੀ, ਸੁੱਖ ਮੰਗੀਏ ਗਰੀਬੜੇ ਜੇ ਜੱਟ ਦੀ। ਲੜਿਆ ਬਥੇਰਾ ਜਦੋਂ ਲੋੜ ਸੀ, ਜੱਜ ਦੇ ਨੀ ਬਿਨਾਂ ਗੱਲੋਂ ਲੜਦੇ, ਹੋਰ ਨੀ ਮੈਂ ਹੋਈ ਜਾਣ ਮਿੱਤਰੋ, ਬਹੁਤੀਆਂ ਕਿਤਾਬਾਂ ਜਿਹੜੇ ਪੜ੍ਹਦੇ, ਕਾਲਜ ਚ ਜਿਹੜਾ ਰੋਗ ਲੱਗਿਆ, ਅੱਜ ਵੀ ਹੈ ਪੀੜੀ ਉਸ ਸੱਟ ਦੀ। ਹਿੱਸਾ ਨਹੀਂ ਕਿਸੇ ਰੈਡ ਰੇਸ ਦਾ, ਕਾਲੀ ਅਰੇਬੀਆ ਹੈ ਜੱਟ ਦੀ। ਮੈਨੂੰ ਸਮਝ ਨਹੀਂ ਆਉਂਦਾ ਇਹੋ ਜਿਹਾ ਕੀ ਸੀ ਉਸ ਕੁੜੀ ਵਿੱਚ ਜਿਹਦੀ ਹਜੇ ਤੱਕ ਯਾਦ ਮਾਨ ਸਾਹਿਬ ਨੂੰ ਆਉਂਦੀ ਆ। ਸਮਾਈਲ ਹੈ ਬਾਈ, ਸਮਾਈਲ ਹੈ। ਆਏ ਹਾਏ, ਕੁਛ ਵੀ ਠੀਕ ਹੈ। ਲੋਕੀ ਇੰਨਾ ਮਤਲਬ ਦਿਖਾਵਾ ਕਰਦੇ, ਇੰਨਾ ਕੁਛ ਸ਼ੋਅ ਕਰਦੇ ਨੇ ਕਿ ਅੱਜ ਸਾਡਾ ਗਾਣਾ ਆਉਣਾ ਇੱਦਾਂ ਇੱਦਾਂ ਕਰਕੇ, ਕੁਛ ਵੀ ਨਹੀਂ ਪਤਾ ਮੈਨੂੰ ਲੱਗਣ ਦਾ। ਦੱਸਿਆ ਵੀ ਅਸੀਂ ਪਾਤਾ, ਇੱਕ ਸੀ ਪਾਤਾ ਦਾ ਸਭ ਪੋਸਟਰ ਪਾਇਆ ਸੀਗਾ, ਗਾਣਾ ਰੈਡ ਰੇਸ ਪਾਤਾ, ਦੇਖ ਲਓ ਤੁਸੀਂ। ਮਤਲਬ ਚਾਲ ਅਰੇਬੀਆ ਹੈ ਜੱਟ ਦੀ।
ਸੋਹਣਾ ਤੇ ਸਿੰਪਲ ਟਰੈਕ ਆ ਠੀਕ ਆ ਗਾਣਾ ਆਪਾਂ ਸਾਰਿਆਂ ਨੇ ਬਹੁਤ 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 ਵਾਰ ਸੁਣਿਆ ਆ ਕੋਈ ਕਮੀ ਨਹੀਂ ਹਾਂ ਗਾਣਾ ਬਹੁਤ ਛੋਟਾ ਕਰ ਦਿੱਤਾ ਗਿਆ ਹੈ ਪਹਿਲਾਂ ਗਾਣਾ ਵੱਡਾ ਸੀਗਾ ਜਿਸ ਤੱਕ ਮੈਨੂੰ ਯਾਦ ਹੈ ਸ਼ਾਇਦ ਇੱਕ ਅੱਧਾ ਪਹਿਰਾ ਵੀ ਕੱਟਿਆ ਗਿਆ ਹੈ ਕਨਫਰਮ ਨਹੀਂ ਮੈਂ ਕਹਿ ਸਕਦਾ ਮੈਂ ਥੋੜ੍ਹਾ ਟਾਈਮ ਹੋ ਗਿਆ ਸੁਣੇ ਨੂੰ ਗਾਣੇ ਨੂੰ ਬਟ ਗਾਣਾ ਬਹੁਤ ਸੋਹਣਾ ਆ ਠੀਕ ਆ ਇਸ ਗਾਣੇ ਵਿੱਚ ਨਾ ਉਸਤਾਦ ਜੀ ਨੇ ਮੇਨ ਇਹ ਗੱਲ ਦੱਸੀ ਆ ਕਿ ਜਿਵੇਂ ਕਿ ਜਿਹੜੀ ਭੇਡਾਂ ਵਾਲੀ ਰੇਸ 'ਚ ਪੂਰੀ ਦੁਨੀਆ ਵੜੀ ਹੋਈ ਆ ਉਸ ਰੇਸ 'ਚ ਨਹੀਂ ਹੈਗਾ ਮੈਂ ਇੱਕ ਮੇਰੀ ਇੱਕ ਅਲੱਗ ਰੇਸ ਆ ਮੈਂ ਇੱਕ ਅਲੱਗ ਰੇਸ ਦਾ ਘੋੜਾ ਆ ਮੈਂ ਉਸ ਰੇਸ 'ਚ ਚੱਲਦਾ ਆ ਠੀਕ ਆ ਮੈਨੂੰ ਫਰਕ ਨਹੀਂ ਪੈਂਦਾ ਕਿਸੇ ਚੀਜ਼ ਕਿਸੇ ਲੋਕਾਂ ਦੇ ਸੋਚਣ ਤੋਂ ਜਾਂ ਕੀ ਨੇ ਮੇਰੇ ਬਾਰੇ ਇਸ ਤਰੀਕੇ ਨਾਲ ਨਾ ਮਤਲਬ ਉਹ ਇੱਕ ਚੀਜ਼ ਸੀਗੀ ਦੱਸਣਾ ਜ਼ਰੂਰੀ ਸੀਗਾ ਦੁਨੀਆ ਨੂੰ ਕਿ ਮੈਨੂੰ ਉਹਨਾਂ ਨਾਲ ਨਾ ਮਿਲਾਓ ਜਿਹਨਾਂ ਨਾਲ ਤੁਸੀਂ ਮੈਨੂੰ ਮਿਲਾਉਂਦੇ ਹੋ ਠੀਕ ਆ ਬਾਕੀ ਵੀਡੀਓ ਬਹੁਤ ਸੋਹਣੀ ਬਣਾਈ ਹੈ ਹੈਰੀ ਜੋਰਡਨ ਭਾਈ ਨੇ ਹਾਂ ਥੋੜ੍ਹੀ ਛੇਤੀ ਕਰ ਦਿੰਦੇ ਵੀਡੀਓ ਅਤੇ ਹੋਰ ਵਧੀਆ ਹੁੰਦਾ ਅਤੇ ਇੱਕ ਨਾ ਲਾਈਨਅਪ ਨਹੀਂ ਰੱਖਦੇ ਹੈਗੇ ਮਾਨ ਸਾਹਿਬ ਬਸ ਧੱਕੇ ਆਉਣ ਦਿਉ ਜੋ ਦਿਲ ਕਰਤਾ ਕਰਤਾ ਬਸ ਮੂਡ 'ਤੇ ਆ ਸਾਰਾ ਕੁਛ ਠੀਕ ਆ ਹੁਣ ਤਿੰਨ ਚਾਰ ਐਲਬਮ ਔਨ ਦਾ ਵੇ ਨੇ ਕਹਿੰਦੇ ਨੇ ਉੱਧਰ ਰਿਲੀਜ਼ ਕਰਦੇ ਨੇ ਜਿੱਦਣ ਮੂਡ ਹੋ ਗਿਆ ਦੇਖੋ ਤੁਸੀਂ ਬਾਕੀ ਸਿਨੇਮਾਟੋਗ੍ਰਾਫੀ ਬਹੁਤ ਸੋਹਣੀ ਸੀ ਗਾਣੇ ਦੀ ਕਿਤੇ ਵੀ ਲਾਈਟਿੰਗ ਮੈਨੂੰ ਇੱਦਾਂ ਲੱਗੀ ਨਜਾਇਜ਼ ਲਾਈਟਿੰਗ ਠੀਕ ਹੈ ਜਾਂ ਘੱਟ ਲਾਈਟਿੰਗ ਕਲਰਸ ਬਹੁਤ ਸੋਹਣੇ ਸੀਗੇ ਵੀਡੀਓ ਦੇ ਉਸ ਤੋਂ ਬਾਅਦ ਮਾਨ ਸਾਹਿਬ ਦੀ ਲੁੱਕ ਬਹੁਤ ਜ਼ਿਆਦਾ ਇੰਪਰੂਵ ਹੋਈ ਹੈ ਜਿਹੜਾ ਵੀ ਨਵਾਂ ਡਿਜ਼ਾਈਨ ਵਾਲਾ ਮਾਨ ਸਾਹਿਬ ਦਾ ਕਿਆ ਬਾਤ ਆ ਬਾਈ ਯਾਰ ਲੁੱਕ ਮਾਨ ਸਾਹਿਬ ਇੱਦਾਂ ਲੱਗੇ ਜਵਾਨ ਲੱਗਣ ਲੱਗ ਗਏ ਹੁਣ ਤਾਂ ਪੰਜ ਦਸ ਸਾਲ ਮੈਨੂੰ ਤਾਂ ਅਤੇ ਮਿਲਦਾ ਛੇਤੀ ਨਵੇਂ ਰਿਐਕਸ਼ਨ ਦੇ ਨਾਲ ਸਤਿ ਸ਼੍ਰੀ ਅਕਾਲ